ਜਾਂਦਾ ਮੇਰੇ ਨਾਲ ਉਮਰ ਆਖਣ ਤੇ ਸਫਾ ਮਰਵਾ ਤੋਂ ਜਦੋਂ ਜਾਈ ਨਾ ਤੇ ਮੈਨੂੰ ਕਦੇ ਸਾਹ ਚੜੇ ਮੈਂ ਅਗਲਿਆਂ ਨੂੰ ਸਾਹ ਛੱਡ ਦਿੰਦਾ ਮੈਂ ਅੱਜ ਤੁਹਾਨੂੰ ਇਸ਼ਕ ਦਾ ਸਾਹ ਚੜਾ ਫਰਮਾਨੇ ਨੇ ਓ ਮਹਿਬੂਬ ਹਬੀਬ ਰਬਾਨਾ ਪਸਵਾਲ ਕੁਛ ਸੈਫ ਮਲੂਕ ਦਾ ਤਾਜਦਾਰ ਜਿਹਦੇ ਮੁਤਲਕ ਕਿਸੇ ਨੇ ਆਖਿਆ ਖੜੀ ਵਾਲਿਆ ਸੁਖੰਦਿਆ ਬਾਦਸ਼ਾਹ ਓਏ ਬੂਟਾ ਐਸਾ ਉਮੀਦ ਦਾ ਲਾ ਛੱਡਿਆ ਕਿੱਸਾ ਲਿਖ ਕੇ ਸੈਫ ਮਲੂਕ ਵਾਲਾ ਓਏ ਵਕਤ ਕਈਆਂ ਮਲੂਕਾਂ ਨੂੰ ਓਏ ਕਿੱਸਾ ਲੈ ਕੇ ਵਾਪਸ ਵਾਰ ਗੁਜਰਾ ਮੇਰੇ ਜੈਸੇ ਲੱਖਾਂ ਮੌਲਵੀ ਤੇਰੇ ਪਾਰਾਂ ਤੋਂ ਕੁਰਬਾਨ ਹੋ ਓ ਮਹਿਬੂਬ ਇਹ ਤਿੰਨ ਕੁ ਦਿਨ ਹੋਇਆ ਮੈਂ ਬਾਜ਼ਾਰ ਗੁਜਰਾਂ ਚ ਤਕਰੀਰ ਕਰ ਗਿਆ ਬਾਜ਼ਾਰ ਪਿੰਡ ਨਾ ਸਮਝਿਓ ਇਹ ਗੁਜਰਾਂ ਦੀ ਕੱਲ ਬਾਜ਼ਾਰ ਵੀ ਜਿਹੜੇ ਚੌਧਰੀ ਨੇ ਉਹ ਜਾਣਦੇ ਹਾਂਜੀ ਔਰ ਲਾਹੌਰ ਜਿਹੜਾ ਨਾ ਆਪਣੇ ਬਹਿਰੀਆ ਉੱਥੇ ਉਹ ਬਾਜ਼ਾਰ ਗੁਜਰ ਰਹਿੰਦੇ ਨੇ ਪਸਵਾਰ ਗੁਜਰ ਉਹ ਪਸਵਾਰਾਂ ਚ ਮੈਂ ਕਰਕੇ ਆਇਆ ਤੇ ਹੁਣ ਹਫਤੇ ਵਾਲੇ ਦਿਨ ਮੈਂ ਬਾਜ਼ਾਰ ਗੁਜਰਾਂ ਚ ਜਾ ਕੇ ਤਕਰੀਰ ਉੱਥੇ ਬੜੇ ਮੌਲਵੀ ਆਏ ਸੀ ਲਾਹੌਰ ਦੇ ਅੱਗੋਂ ਪਿੱਛੋਂ ਆਏ ਸੀ ਅਖੀਰ ਤੇ ਤੁਹਾਡੇ ਇਸ ਨੌਕਰ ਨੂੰ ਟਾਈਮ ਮਿਲਿਆ ਮੈਂ ਦਸਾਂ ਮਹੀਨਾ ਚ ਲੰਮੇ ਪਾਤਾ ਅੱਗੋਂ ਜਨਾਬ ਹੁਣ ਹਫਤੇ ਵਾਲੇ ਦਿਨ ਮੈਂ ਹੁਣ ਅੱਲਾ ਦੇ ਕਰਮ ਨਾਲ ਬਾਜ਼ਾਰ ਗੁਜਰਾਂ ਚ ਤਕਰੀਰ ਕਰਨੀ ਹੈ ਉਹ ਜਨਾਬ ਐਸਾ ਮਿਲਾਦ ਦੀ ਮਹਿਫਲ ਮੁਨਕਦ ਕਰਦੇ ਨੇ ਅਲੀਪੁਰ ਸ਼ਰੀਫ ਦੇ ਉਹ ਵੀ ਖਾਦਮ ਨੇ ਮੇਰੇ ਪੀਰ ਅਲੀ ਹੁਸੈਨ ਸ਼ਾਹ ਬੱਤਾ ਜ਼ਿੰਦਾ ਹੁਲਾਲੀ ਦੇ ਉਹ ਵੀ ਗੁਲਾਮ ਨੇ ਅੱਜ ਕੱਲ੍ਹ ਪੀਰ ਗੁਲਾਮ ਰਸੂਲ ਸ਼ਾਹ ਸਾਹਿਬ ਜਿਹਨਾਂ ਦੇ ਬਿਲਕੁਲ ਚਿਹਰੇ ਤੋਂ ਹਜ਼ੂਰ ਮੇਰੇ ਹਜ਼ਰਤ ਸਾਹਿਬ ਦੀ ਤਸਵੀਰ ਛਲਕਦੀ ਹੈ ਉਹ ਜਨਾਬ ਉੱਥੇ ਮੈਂ ਜਾਣਾ ਹਫ਼ਤੇ ਵਾਲੇ ਦਿਨ ਤਕਰੀਰ ਕਰਨੀ ਹੈ ਔਰ ਯਕੀਨ ਕਰੋ ਇਹ ਤੇ ਤੁਸੀਂ ਆਪਣੀ ਮਤ ਨਾਲ ਲਾਹੌਰ ਇਹ ਤੁਸੀਂ ਝੰਡੀਆਂ ਲਾਈਆਂ ਇਹ ਗੁਬਾਰੇ ਲਾਏ ਇਹ ਕੁੰਕਮੇ ਲਾਏ ਲਾਈਆਂ ਇਹ ਰੌਣਕਾਂ ਬਣਾਈਆਂ ਚੁੱਪ ਕਰੋ ਇਹ ਰੌਣਕਾਂ ਬਣਾਈਆਂ ਤੁਸੀਂ ਮੈਨੂੰ ਪਤਾ ਤੁਸੀਂ ਖੜੇ ਹੋ ਗਏ ਥੱਕ ਗਏ ਅੱਲਾ ਤੁਹਾਡੀ ਥਕਾਵਟ ਨੂੰ ਨਬੀ ਦੇ ਸਦਕੇ ਕਬੂਲ ਫਰਮਾਏ ਉਹ ਜਨਾਬ ਉਹਨੇ ਉਹ ਦੂਰ ਤੱਕ ਰਸਤੇ ਬਣਾਏ ਹੁੰਦੇ ਨੇ ਏਡਾ ਵੱਡਾ ਪਿੰਡਾਲ ਉਲਾਮਾਏ ਕਿਰਾਮ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਬਲਕਿ ਜ਼ਿਕਰ ਕਰਾਂ ਤੇ ਤੁਹਾਡੇ ਮੂੰਹ ਚ ਵੀ ਪਾਣੀ ਆਏ ਬਾਜ਼ਾਰ ਗੁਜਰੋ ਤੁਹਾਡੇ ਵੀ ਇੱਡਾ ਰੱਬ ਨੇ ਕਰਮ ਕੀਤਾ ਰੱਬ ਨੇ ਬੜਾ ਫਿਰ ਦਿੰਦਾ ਰੱਬ ਦਿੰਦਾ ਜਿਹੜਾ ਸਰਕਾਰ ਦੀ ਮਿਲਾਦ ਦੀ ਮਹਿਫਲ ਮੁਨਕਦ ਕਰਦਾ ਅੱਲਾ ਉਹਦੇ ਘਰਾਂ ਦੇ ਵਿੱਚ ਬਰਕਤ ਅਤਾ ਗਲੀ ਗਲੀ ਨਗਰ ਨਗਰ ਗਲੀ ਗਲੀ ਨਗਰ ਨਗਰ ਗਲੀ ਗਲੀ ਨਗਰ ਨਗਰ ਗਲੀ ਗਲੀ ਨਗਰ ਨਗਰ ਮੀਆਂ ਸਾਹਿਬ ਫਰਮਾਉਂਦੇ ਨੇ ਓ ਮਹਿਬੂਬ ਹਬੀਬ ਖੁਦਾ ਦਾ ਹਾਮੀ ਰੋਜ਼ ਹਸ਼ਰ ਦਾ ਓਏ ਹੱਥ ਸਿਰੇ ਤੇ ਧਰਦਾ ਆਪ ਯਤੀਮ ਯਤੀਮਾਂ ਤਾਈ ਹੱਥ ਸਿਰੇ ਤੇ ਧਰਦਾ ਈਸਾ ਖਾਕ ਸਦਕੇ ਜਾਵਾਂ ਛੋੜਿਆ ਕਰੀਏ ਸ਼ਾਨਦਾਰ ਈਸਾਈਆਂ ਦਾ ਨਬੀ ਫਰਮਾਉਂਦੇ ਨੇ ਈਸਾ ਖਾਕ ਤਰੇ ਦੀ ਤੇਰੇ ਓਏ ਖਿੰਨ ਤਯੰਮ ਕਰਦਾ ਓ ਤਾਈਓ ਦਸਤ ਮੁਬਾਰਕ ਉਸਦਾ ਓਏ ਤਾਫੇ ਹਰ ਜ਼ਰਰ ਸੁਭਾਨ ਅੱਲਾਹ
صحابیے نبی ہر صحابیے نبی ہر صحابیے نبی ہر صحابیے نبی حضرت صدیق نبی पापे की गल खत्म नहीं हुई लियाना थानू पापे नहीं क्योंकि सरकार ने फरमाया अना नबनो अब्दुल मैं अब्दुल मुतलब का पुत्र हाँ सिर्फ अबे का पुत्र ही नहीं हुंदा दाते का भी पुत्र हुंदा अना नबनो अब्दुल ओए मैं अब्दुल मुतलब का पुत्र हाँ असा अगे ही जाना है असि पिछे नहीं जाते इशारा आपने किया जानते हो मेरे दादे दी की शान है अबरा ने गल्ला कर दिया हाथी आ गया उन्हें सिर ते सिर अपना जड़ा दादा जान दे पैरा ते रखिया बोसे लाए सिर चुकिया इंज बोलिया जे मैं बंदे बोल दे बंदे दी तरह गल कीती ते गल ओ कीती है ऐसी खबर दी कीती है जिदा एजेंसिया भी पता नहीं चलिया बाबे दे नां दा एजेंसिया कोई पता नहीं है आख्या कि बाबा आया ही लेकिन ना दा पता सानू आग छड़दे ने दाखिल हो गए ने ते रस्से जी फड़ लो हमला जरूर करन देना कहंदे ने बाहरों आ गए दो दाखिल हो गए ने ओह जल्दी नाल फड़ लिया करो यार जदों फटदे ने उदों ही कहंदा तुहानू आख्या ही दो आ गए ने आ गया ही बाबा बाबे दे नां दा पता नहीं ते हाथी ना इहदा महमूद है बोसा लै के कदमां दा ते बोलिया ते कहंदा अस्सलाम ए अल्फाज ने जिहड़े मैं अर्ज कर रहा मैं विखा सकना मैं सुनी सुनाई गल नहीं करदा मैं पढ़ना ते मैं पढ़ाना बिलकुल तुहानू दस रहा अल्लाह दे करम दे नाल हाथी बोलिया महमूद बोलिया अबरा दे लश्कर दा हाथी बोलिया ओ जिन्ने कदे हा अबरा दी भी तजीम नहीं कीती ओने मेरे मुस्तफा दे दादे दी तजीम अस्सलामु अला नूर अल्लज़ी फी जबहते का या अब्दुल मुत्तलिब ए अब्दुल मुत्तलिब जेड़ा तेरे मथे च नूर चमकदा है मैं ओनू सलाम पेश कर हाथी बोलिया ते 55 दिन पहले बोलिया अजे सरकार आए ही नहीं अजे जलवा फरमाया ही नहीं ते हाथी नू पहले ही पता चल गया मैं सदके जावां मेरे मुस्तफा नू ते जानवर भी जानदे ने कई इंसान गदा नमा ऐसे ने जिन्हां नू सरकार दा पता ही कोई नहीं आख्या अस्सलामु अला नूर अल्लज़ी आख्या सलाम है उस नूर को फी जबहते का जेड़ा तेरे मथे विच या अब्दुल मुत्तलिब है अब्दुल मुत्तलिब नाले ना भी दसिया आख्या सुन ला एजेंसियां नू तेरे बाबा ना दा नहीं पता पर मैनू पता है क्योंकि जेड़ा सरकार दा आशिक है ओनू सरकार दे हर आशिक दे हर निस्बत वाले दा पता है सुभान अल्लाह नारे तकबीर नारे रिसालत नारे रिसालत हर सहाबिये नबी हर सहाबिये नबी हजरत अमीर मुआविया भी हजरत अमीर मुआविया भी हजरत सिद्दीक भी ना रब ने जलसा किया नबियां नू सद लिया भालिया नबियां नू दुनिया बनाने तो पहले वजूद च लियाने तो पहले ना आसमान ना जमीन ना चन्न ना तारे ना पानी कोई शै भी नहीं ते रब ने मुस्तफा दा जलसा मुनक्कद कर दिया मौलवी नहीं हो आखदा तीसरा सिपारा आखदा अल्लाह ने फरमाया वाइज़ा अख़दल्लाहु मीसाकन नबीजीन लमा आतैतुकुम मिन किताबिम व हिकमा ए नबियों ते रसूलो
ਜਦੋਂ ਮੈਂ ਤੁਹਾਨੂੰ ਕਿਤਾਬ ਵੀ ਅਤਾ ਕਰਦੇ ਆ, ਜਦੋਂ ਤੁਹਾਨੂੰ ਹਕਮਤ ਵੀ ਅਤਾ ਕਰਦੇ ਆ, ਸੁਮਾ ਜਾਕੁਮ ਰਸੂਲ, ਫਿਰ ਤੁਹਾਡੇ ਕੋਲ ਇਸ ਹਾਲਤ ਵਿੱਚ ਰਸੂਲ ਅਜ਼ਮਤ ਵਾਲਾ ਆ ਜਾਏ। ਸਾਰੇ ਨਬੀਆਂ ਨੂੰ ਖਿਤਾਬ ਪਿਆ ਰੱਬ ਕਰਦਾ ਕਿ ਮਾਲੂਮ ਇਹ ਹੁੰਦਾ ਜਿਨ੍ਹਾਂ ਨੂੰ ਖਿਤਾਬ ਕਰ ਰਿਹਾ ਉਹ ਨਬੀ ਹੋਰ ਨੇ, ਤੇ ਸੁਮਾ ਜਾਕੁਮ ਰਸੂਲ, ਫਿਰ ਤੁਹਾਡੇ ਕੋਲ ਰਸੂਲ ਆਏ, ਉਹ ਨਬੀ ਤੇ ਰਸੂਲ ਹੋਰ। ਇਹ ਉਹੋ ਹੀ ਰਸੂਲ ਏ ਜਿਹਦਾ ਜ਼ਿਕਰ ਪਿਆ ਰੱਬ ਕਰਦਾ ਤੇ ਜਿਹਦਾ ਜ਼ਿਕਰ ਸੁਣਾਉਣ ਵਾਸਤੇ ਅੱਲਾ ਨੇ ਨਬੀ ਇਕੱਠੇ ਕਰ ਲਏ ਨੇ। ਵਾਇਦਾ ਖਦੱਲਾਹੁ ਮੀਸਾਕਨ ਨਬੀ ਜੀ ਨਾ ਲਮਾ ਅਤੈਤੁਕੁਮ ਮਿਨ ਕਿਤਾਬਿਮ ਵਾ ਹਿਕਮਾ, ਤੁਹਾਨੂੰ ਕਿਤਾਬ ਵੀ ਦੇ ਦੀਆਂ ਹਕਮਤ ਵੀ ਦੇ ਦੀਆਂ, ਸੁਮਾ ਜਾਕੁਮ ਰਸੂਲੁਨ, ਫਿਰ ਤੁਹਾਡੇ ਕੋਲ ਅਜ਼ਮਤ ਵਾਲਾ ਰਸੂਲ ਆ ਜਾਏ। ਇਹ ਅਜ਼ਮਤ ਵਾਲਾ ਤਰਜਮਾ ਕਿੱਥੋਂ ਕੀਤਾ? ਤਮਾਮ ਜਨਾਬ ਨਾਵੀਆਂ ਨੇ, ਤਮਾਮ ਜਨਾਬ ਬਲਾਗਤ ਵਾਲਿਆਂ ਨੇ ਆਖਿਆ, ਜਿੱਥੇ ਨੂਨ ਤਨਵੀਨ ਦਾ ਦੋ ਪੇਸ਼, ਦੋ ਦਬਰਾਂ, ਦੋ ਜ਼ੇਰਾਂ ਆ ਜਾਣ, ਉੱਥੇ ਨੂਨ ਆਂਦਾ ਅਲਫ ਦੇ, ਅਲਫ ਦੋ ਜ਼ੇਰ ਇਨ, ਅਲਫ ਦੋ ਦਬਰ ਅਨ, ਅਲਫ ਦੋ ਪੇਸ਼ ਉਨ, ਦੋ ਦਬਰ, ਦੋ ਜ਼ੇਰ, ਦੋ ਪੇਸ਼, ਇਹਦੇ ਵਿੱਚ ਨੂਨ ਹੁੰਦਾ, ਇਹਨੂੰ ਕਹਿੰਦੇ ਨੇ ਨੂਨ ਤਨਵੀਨ ਦਾ। ਇਹ ਜਿੱਥੇ ਤਨਵੀਨ ਦਾ ਨੂਨ ਆ ਜਾਏ ਉੱਥੇ ਅਜ਼ਮਤ ਤੇ ਸ਼ਾਨ ਹੁੰਦੀ। ਕਿਸੇ ਮੌਲਵੀ ਆਈਓ ਦੱਸਣਾ, ਇਹਨਾਂ ਨੇ ਸਿਰਫ ਉਰਦੂ ਦੀਆਂ ਕਿਤਾਬਾਂ ਪੜ੍ਹੀਆਂ ਨੇ, ਮੈਂ ਸੈਯਦਾਂ ਦੀ ਨੌਕਰੀ ਵਿੱਚ ਕਿਤਾਬਾਂ ਪੜ੍ਹੀਆਂ। ਸੁਮਾ ਜਾਕੁਮ ਰਸੂਲ ਉਨ, ਲਾਮ ਦੇ ਤੇ ਦੋ ਪੇਸ਼ ਨੇ, ਫਿਰ ਤੁਹਾਡੇ ਕੋਲ ਅਜ਼ਮਤ ਵਾਲਾ ਰਸੂਲ ਆਏ। ਜਾ ਜ਼ਾਹਬਾ ਗਿਆ, ਜਾ ਆਇਆ, ਜਾ ਮਾਜ਼ੀ ਦਾ ਸੀਗਾ, ਜ਼ਾਹਬਾ ਮਾਜ਼ੀ ਦਾ, ਜਾਣ ਵਾਸਤੇ ਜ਼ਾਹਬਾ, ਆਉਣ ਵਾਸਤੇ ਜਾ, ਜ਼ਾਹਬਾ ਵੋ ਗਿਆ, ਵੋ ਗਿਆ, ਜਾਤਾ ਵੋ ਹੈ ਜੋ ਪਹਿਲੇ ਹੋ, ਜਾ ਵੋ ਆਇਆ, ਆਤਾ ਵੋ ਹੈ ਜੋ ਪਹਿਲੇ ਹੋ। ਗੱਲ ਸਮਝੋ।